ਸਤਿ ਸ਼੍ਰੀ ਅਕਾਲ ਦੋਸਤੋ, ਫਤਿਹ ਚੈਨਲ 'ਚ ਆਪ ਜੀ ਦਾ ਸਵਾਗਤ ਹੈ। ਇਸ ਵਕਤ ਪਹੁੰਚੇ ਹਾਂ ਪਿੰਡ ਨਰੋੜ, ਜ਼ਿਲ੍ਹਾ ਕਪੂਰਥਲਾ ਵਿਖੇ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਕਹਾ ਸਿੰਘ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਡੇਰੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਕਰਾਇਆ ਗਿਆ। ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਦੱਸਿਆ ਕਿ 9 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀ ਦੇ ਭੋਗ ਪਾਏ ਗਏ। ਉਪਰੰਤ ਇਲਾਕੇ ਭਰ ਤੋਂ ਪੰਥ ਪ੍ਰਸਿੱਧ ਰਾਗੀ ਢਾਡੀ ਸੰਤ ਮਹਾਂਪੁਰਸ਼ਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਰਾਗੀ ਢਾਡੀਆਂ ਨੂੰ ਸੁਰਭੋ ਦੇ ਕੇ ਸਨਮਾਨਿਤ ਕੀਤਾ। ਕੈਮਰਾ ਪਰਸਨ ਡਾਕਟਰ ਗੋਪੀ ਚੰਦ ਰਾਜੂ ਭਈਆ, ਮੈਂ ਹਰਵਿੰਦਰ ਸਿੰਘ ਭੁੰਗਨੀ, ਫਤਿਹ ਨੂੰ ਚੈਨਲ ਮੇਟਿਆਣਾ। ਮੇਰੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ 108 ਸੰਤ ਬਾਬਾ ਸਤਨਾਮ ਸਿੰਘ ਜੀ, ਉਸ ਅਕਾਲ ਪੁਰਖ ਦੇ ਦਰਸ਼ਨਦਾਰ ਹੋ ਜਾਣਗੇ। ਅੱਗੇ ਮਹਾਰਾਜ ਕਹਿੰਦੇ ਹੈ ਕੋਈ ਸਾਜਨ ਸੰਤ ਜਨ। ਸਾਡੇ ਸਤਿਕਾਰਯੋਗ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨਿਰਮਲ ਕੁਟੀਆ ਪਾਂਡਵੇ ਵਾਲੇ, ਉਹ ਆਪ ਜੀ ਨੂੰ 10 ਮਿੰਟ ਦੇ ਲਈ ਰੂਹਾਨੀ ਮੇ ਪ੍ਰਵਚਨ ਸੁਣਾ ਕੇ ਦਾਸ ਹਰੀ ਜਿਸ ਹਾਲਤ ਰੱਖੇ ਸ਼ੁਕਰ ਸੋਸਾਇਟੀ ਰਜਿਸਟਰਡ ਪੰਜਾਬ। ਉਹਨਾਂ ਦੀ ਸ਼ਹਾਦਤ ਹੋ ਗਈ। ਕਦੀ ਤੁਸੀਂ ਇਹ ਨਹੀਂ ਸੁਣਿਆ ਹੋਊਗਾ ਦੁਨੀਆਂ ਦੇ ਵਿੱਚ ਵੀ ਕਿਸੇ ਬੰਦੇ ਦਾ ਸੀਸ ਦਾ ਸੰਸਕਾਰ ਖਾਤਰ ਦੁਨੀਆ ਦੀ ਚੱਲ ਕੇ ਆਉਂਦੇ ਪਰ ਅਵਤਾਰੀ, ਫਿਰ ਖਾਤਰ ਦੁਨੀਆ ਦੀ ਚੱਲ ਕੇ ਆਉਂਦੇ ਪਰ ਅਵਤਾਰੀ। ਆਓ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਬੇਨਤੀ ਹੈ ਸੰਗਤਾਂ ਨੂੰ ਕਿ ਮਹਾਂਪੁਰਸ਼ਾਂ ਦਾ ਕੁੰਭ, ਮਹਾਂਪੁਰਸ਼ਾਂ ਦੀ ਕਥਾ, ਮਹਾਂਪੁਰਸ਼ਾਂ ਦਾ ਕੀਰਤਨ, ਮਹਾਂਪੁਰਸ਼ਾਂ ਦਾ ਸਤਸੰਗ, ਇਹ ਜੀਵਨ ਸਾਡਾ ਸਫਲਾ। ਸੋ ਸਾਧ ਸੰਗਤ ਜੀ, ਬਲੇ ਸੋ ਨਿਹਾਲ ਵਾਹਿਗੁਰੂ। ਇੱਕ ਤੇ ਤੋੜ ਦਿੱਤਾ ਕਿਸੇ ਕੰਮ ਦਾ ਨਹੀਂ ਰਹਿੰਦਾ, ਉਹਦੀ ਸੁਗੰਧ ਹੀ ਲੈਣੀ ਚਾਹੀਦੀ। ਸੰਤਾਂ ਦਾ ਵੀ ਇੱਕ ਪਰਿਵਾਰ ਆ ਸੰਤਾਂ ਦਾ, ਔਰ ਉਸ ਪਰਿਵਾਰ ਦਾ ਹੈੱਡ ਵੀ ਹੁੰਦਾ ਤੇ ਸਹਾਇਕ ਵੀ ਹੁੰਦਾ। ਸਾਡਾ ਵੀ ਇੱਕ ਪਰਿਵਾਰ ਆ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਹਾਦਰੀ ਦੇ ਖਿਤਾਬੇ ਵੀ ਨਹੀਂ ਮਿਲਦੇ। ਬੜੀਆਂ ਔਕੜਾਂ ਝੱਲਣੀਆਂ ਪੈਂਦੀਆਂ, ਬੜੀਆਂ ਬੰਦਗੀਆਂ ਕਰਨੀਆਂ ਪੈਂਦੀਆਂ। ਜਿਸ ਵੇਲਾ ਮੁਗਲਾਂ ਨੇ ਕਹਿਤਾ ਕਿ ਇਹ ਸੰਸਾਰ ਜਿਹੜਾ ਨਾ ਸਾਰਾ ਮੁਸਲਮਾਨ ਬਣਾ ਰੱਬ ਨੂੰ ਪਾਉਣੇ ਲਈ ਜੋ ਪ੍ਰਭ
ऐसे महापुरखां दा संग संत का संग बड़भागी पाईए। श्री अकाल। वाहे गुरु।